भारतीय अंडर 19 क्रिकेट टीम के खिडारी शुभमन गिल जिसने कि वर्ल्ड कप च वधिया प्रदर्शन करदिया पंजाब दे नाल नाल पूरे देश का नाम रोशन किया। आखिर शुभमन गिल किवें इस मुकाम ते पहुंचा इस नूं लैके साडे सहयोगी गगनदीप सिंह ने शुभमन दे नाल खास गलबात की। अंडर 19 ਦੇ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਪੰਜਾਬ ਦਾ ਪੁੱਤਰ ਸ਼ੁਭਮਨ ਗਿੱਲ ਜੋ ਹੈ ਆਪਣੇ ਘਰ ਆ ਚੁੱਕਿਆ। ਤੁਸੀਂ ਦੇਖ ਸਕਦੇ ਹੋ ਕਿ ਜਸ਼ਨ ਦਾ ਮਾਹੌਲ ਜਿਹੜਾ ਹੈ ਉਹ ਘਰ ਵਾਲਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਫੁੱਲਾਂ ਦੇ ਨਾਲ ਹਾਰ ਦੇ ਨਾਲ ਉਹਦਾ ਸਵਾਗਤ ਕੀਤਾ ਜਾ ਰਿਹਾ। ਬਹੁਤ ਜ਼ਿਆਦਾ ਉਤਸ਼ਾਹੀ ਜਿਹੜੀ ਹੈ ਉਹ ਫੈਮਿਲੀ ਲੱਗ ਰਹੀ ਹੈਗੀ ਹੈ। ਸ਼ੁਭਮਨ ਵੀ ਜੋ ਹੈ ਕਾਫੀ ਲੰਬੇ ਸਮੇਂ ਬਾਅਦ ਆਪਣੇ ਘਰ ਦੇ ਵਿੱਚ ਆ ਰਿਹਾ। ਸ਼ੁਭਮਨ ਆਪਾਂ ਗੱਲ ਕਰਦੇ ਹਾਂ, ਸ਼ੁਭਮਨ ਵੈਲਕਮ ਟੂ ਯੋਰ ਹੋਮ। ਥੈਂਕ ਯੂ। ਅਤੇ ਸਭ ਤੋਂ ਪਹਿਲਾਂ ਤਾਂ ਇਹ ਕਿ ਕਿਹੋ ਜਿਹੇ ਮਹਿਸੂਸ ਕਿਵੇਂ ਕਰ ਰਹੇ ਹੈਗੇ, ਕਿਉਂਕਿ ਘਰ ਦੇ ਵਿੱਚ ਤੁਸੀਂ ਕਾਫੀ ਟਾਈਮ ਬਾਅਦ ਆ ਰਹੇ ਹੋ, 2 ਮਹੀਨੇ ਬਾਅਦ ਘਰ ਤੁਸੀਂ ਆ ਰਹੇ ਹੈਗੇ ਹੋ, ਕਿੱਦਾਂ ਦੀ ਖੁਸ਼ੀ ਜਿਹੜੀ ਹੈਗੀ ਉਹ ਮਹਿਸੂਸ ਹੋ ਰਹੀ ਹੈ? ਬਹੁਤ ਵਧੀਆ ਲੱਗ ਰਿਹਾ ਜੀ, ਵਾਪਸ ਘਰ ਆ ਕੇ ਕਾਫੀ ਦੇਰ ਬਾਅਦ ਘਰ ਆਇਆ ਮੈਂ, ਅਤੇ ਟਰਾਈ ਕਰੂੰਗਾ ਜਿੰਨੀ ਦੇਰ ਤੱਕ ਘਰੇ ਰਹਿ ਸਕੀਏ, ਬਟ ਬਾਕੀ ਚੀਜ਼ਾਂ ਵੀ ਇੰਪੋਰਟੈਂਟ ਹੈ। ਅਤੇ ਤੁਸੀਂ ਦੇਖੋ ਜਿੰਨੀ ਦੇਰ ਤੱਕ ਘਰ ਰਹਿ ਸਕੀਏ, ਬਟ ਇੱਦਾਂ ਹੁੰਦਾ ਕਿ ਹੁਣ ਘਰ ਆਏ ਹੈਗੇ ਨਾਲ ਫਰੈਂਡਸ ਨੂੰ ਵੀ ਟਾਈਮ ਦੇਣਾ ਹੋਊਗਾ, ਹੋਰ ਲੋਕਾਂ ਨੂੰ ਵੀ ਮਿਲਣਾ ਹੋਊਗਾ, ਤਾਂ ਕਿਹਨੂੰ ਕਿਹਨੂੰ ਹੁਣ ਲਿਸਟ ਬਣਾ ਲਿੱਤੀ ਹੈਗੀ ਕਿ ਮੈਂ ਇਸ ਨੂੰ ਮਿਲਣ ਜਾਣਾ ਹੈਗਾ? ਲਿਸਟ ਤਾਂ ਜੀ ਨਹੀਂ ਬਣਾਉਣ ਦੀ ਲੋੜ, ਜਿਹੜੇ ਜਿਹੜੇ ਕਲੋਜ਼ ਹੈਗੇ ਆ ਕਿ ਉਹਨਾਂ ਨੂੰ ਤਾਂ ਮਿਲਣਾ ਹੀ ਆ, ਤੇ ਇੱਕ ਵਾਰੀ ਜਦੋਂ ਸਾਰਿਆਂ ਨੂੰ ਮਿਲੇ ਫਿਰ ਆਪਣੀ ਪ੍ਰੈਕਟਿਸ ਵਗੈਰਾ ਕਰਨੀ ਆ। ਓਕੇ ਓਕੇ, ਤਾਂ ਘਰੇ ਜਦੋਂ ਆਪਾਂ ਆਉਂਦੇ ਹੈਗੇ ਆ ਮਾਂ ਦੇ ਹੱਥ ਦੀ ਰੋਟੀ ਜਿਹੜੀ ਹੈਗੀ ਆ ਉਹ ਬਹੁਤ ਯਾਦ ਆਉਂਦੀ ਹੁੰਦੀ ਹੈ ਬਾਹਰ ਰਹਿੰਦੇ ਹੁੰਦੇ ਆ, ਤਾਂ ਕੀ ਹੁਣ ਸ਼ੁਭਮਨ ਦੀ ਡਿਮਾਂਡ ਹੈਗੀ ਹੈ ਕਿ ਮੈਂ ਇਹ ਚੀਜ਼ਾਂ ਖਾਣੀਆਂ ਹੈਗੀਆਂ? ਛੋਟੇ ਹੁੰਦੇ ਕੁਛ ਹੋਰ ਡਿਮਾਂਡ ਹੁੰਦੀ ਸੀਗੀ, ਬਟ ਹੁਣ ਕੁਛ ਅਲੱਗ ਨੀਡਸ ਹੈ। ਸ਼ੁਭਮਨ ਗੱਲ ਕਰੀਏ, ਛੋਟੇ ਹੁੰਦੇ ਬੜੇ ਸਾਰੇ ਖਾਬ ਹੁੰਦੇ ਨੇ, ਹੈ ਨਾ, ਕਿ ਮੈਂ ਜਦੋਂ ਕਮਾਉਣ ਲੱਗਾਂਗਾ ਤਾਂ ਮੈਂ ਇਹ ਚੀਜ਼ ਸਭ ਤੋਂ ਪਹਿਲਾਂ ਲਊਂਗਾ, ਤਾਂ ਹੁਣ ਸ਼ੁਭਮਨ ਸੋਹਣਾ ਕਮਾ ਰਿਹਾ ਹੈਗਾ, 1.8 ਕਰੋੜ ਜਿਹੜੇ ਹੈਗੇ ਜੀ ਉਹਦੇ ਵਿੱਚ IPL ਦੇ ਵਿੱਚ ਤੁਹਾਨੂੰ ਚੂਜ਼ ਕੀਤਾ ਗਿਆ, ਤਾਂ ਹੁਣ ਕੀ ਸੁਪਨੇ ਜਿਹੜੇ ਹੈਗੇ ਸਭ ਤੋਂ ਪਹਿਲਾਂ ਪੂਰੇ ਕਰਨੇ ਨੇ? ਮੈਂ ਸੋਚਿਆ ਨਹੀਂ ਜੀ, ਸਾਰੇ ਪੈਸੇ ਘਰਦੇ ਨੇ ਦਊਂਗਾ, ਦੇਖੋ ਕੀ ਕਰਦੇ ਹਾਂ। ਓਕੇ, ਤਾਂ ਸਾਰੇ ਪੈਸੇ ਘਰਦੇ ਨੂੰ ਮਿਲਣੇ, ਤਾਂ ਘਰਦੇ ਆਲਰੇਡੀ ਖੁਸ਼ ਹੋ ਚੁੱਕੇ ਨੇ। ਕਿੰਨੀ ਖੁਸ਼ੀ ਤੁਹਾਨੂੰ ਮਹਿਸੂਸ ਹੋ ਰਹੀ ਹੈ ਜੀ? ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ, ਸਭ ਤੋਂ ਜ਼ਿਆਦਾ ਕਿ ਮੇਰਾ ਬੱਚਾ ਇੰਨਾ ਟੈਲੈਂਟਡ ਹੈ ਅਤੇ ਆਪਣੇ ਮਤਲਬ ਫੈਮਿਲੀ ਲਈ ਔਰ ਕੰਟਰੀ ਪੂਰਾ ਆਪਣਾ ਜੋ ਦਿਆ ਆਪਣਾ 100% ਦੇ ਕੇ ਉਹਨੇ ਅੱਜ ਸਾਨੂੰ ਇਹ ਵਾਲੀ ਖੁਸ਼ੀ ਦਾ ਜੋ ਮਾਹੌਲ ਹੈ ਜੋ ਪੂਰੇ ਸਭ ਫਰੈਂਡਸ ਲਈ ਫੈਮਿਲੀ ਲਈ ਸਾਡੇ ਲਈ ਮਤਲਬ ਅੱਜ ਬਣਿਆ ਹੈ, ਤਾਂ ਬਹੁਤ ਖੁਸ਼ ਹਾਂ ਸਰ ਇਸ ਚੀਜ਼ ਲੈ ਕੇ। ਅਤੇ ਖੁਸ਼ੀ ਜਿਹੜੀ ਹੈਗੀ ਹੈ ਫਾਦਰ ਨੂੰ ਵੀ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਹੈ ਜਦੋਂ ਕਿ ਬੱਚੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਜਾਂਦੇ ਹਨ, ਤਾਂ ਅੱਜ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ? ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ, ਜਿਸ ਤਰ੍ਹਾਂ ਇਹਨੇ ਐਤਕੀ 19 ਵਰਲਡ ਕੱਪ ਖੇਡਿਆ ਉਹਦੇ 'ਚ ਵੀ ਆਪਣਾ ਬੈਸਟ ਦਿੱਤਾ, ਅਤੇ ਹੁਣ ਮੈਂ ਤਾਂ ਇਹੀ ਉਮੀਦ ਕਰੂੰਗਾ ਕਿ ਜਿਵੇਂ ਹੁਣ IPL ਆ ਉਹਦੇ 'ਚ ਵੀ ਆਪਣਾ ਬੈਸਟ ਦੇਵੇ ਅਤੇ ਆਪਣਾ ਅੱਗੇ ਵਧੇ, ਅਤੇ ਇਹਨੂੰ ਇੱਕ ਦਿਨ ਇੰਡੀਆ ਜਰਸੀ ਸੀਨੀਅਰਸ ਦੇਖਣਾ ਚਾਹੁੰਦਾ ਜੀ। ਤਾਂ ਉਹ ਜਿਹੜੀ ਘਰਦਿਆਂ ਦਾ ਸੁਪਨਾ ਹੈਗਾ ਇੰਡੀਅਨ ਜਰਸੀ ਦੇ ਵਿੱਚ ਦੇਖਣਾ ਚਾਹੁੰਦੇ ਹੈਗੇ, ਉਹਨੂੰ ਕਿੰਨੀ ਛੇਤੀ ਤੁਸੀਂ ਹੁਣ ਪੂਰਾ ਕਰਨਾ ਹੈ? ਦੇਖੋ ਜੀ, ਅੱਗੇ ਇੰਡੀਆ ਦੇ ਟੂਰ ਆਉਣਗੇ, ਉਸ 'ਚ ਜਿੰਨਾ ਵਧੀਆ ਕਰੂੰਗਾ ਉਨੇ ਜ਼ਿਆਦਾ ਚਾਂਸਿਸ ਆ ਕਿ ਇੰਡੀਆ 'ਚ ਆਉਣ ਦੇ। IPL ਵਾਸਤੇ ਕੀ ਕੀ ਤਿਆਰੀਆਂ ਜਿਹੜੀਆਂ ਹੈਗੀਆਂ ਖਾਸ ਤੌਰ 'ਤੇ ਕੀਤੀਆਂ ਜਾ ਰਹੀਆਂ ਨੇ? ਹਜੇ ਤਾਂ ਅੱਜ ਹੀ ਆਇਆ ਜੀ, ਅਤੇ ਹੁਣ ਕੱਲ੍ਹ ਤੋਂ ਪ੍ਰੈਕਟਿਸ ਸ਼ੁਰੂ ਕਰੂੰਗਾ ਆਪਣੀ, ਅਤੇ ਉਹ ਪਾਪਾ ਹੀ ਕਰਾਉਣਗੇ, ਹੁਣ ਦੇਖੋ ਕੀ ਕਰਾਉਂਦੇ ਆ। ਤਾਂ ਮਤਲਬ ਹੁਣ ਸਾਰੀ ਜਿਹੜੀ ਜ਼ਿੰਮੇਵਾਰੀ ਹੈ ਕਿ ਤੁਹਾਡੇ ਉੱਤੇ ਪਾ ਦਿੱਤੀ ਹੈ ਕਿ ਪਾਪਾ ਨੇ ਪ੍ਰੈਕਟਿਸ ਕਰਾਉਣੀ ਹੈ, ਦੇਖੋ ਕੀ ਕਰਾਉਂਦੇ ਹੈਗੇ ਨੇ, ਤਾਂ ਕਿਹੋ ਜਿਹੀ ਹੁਣ ਤਿਆਰੀ ਜਿਹੜੀ ਹੈਗੀ ਸ਼ੁਭਮਨ ਵਾਸਤੇ ਹੋਣ ਵਾਲੀ ਹੈ? ਸਰ ਬਹੁਤ ਵਧੀਆ, ਮੈਂ ਸ਼ਡਿਊਲ ਇਹਦਾ 10-15 ਦਿਨ ਤੋਂ ਹੀ ਬਣਾ ਛੱਡਿਆ ਹੋਇਆ, ਅਤੇ ਹੁਣ ਅਸੀਂ ਕੱਲ੍ਹ ਤੁਹਾਨੂੰ ਫੋਲੋ ਕਰਦੇ ਹਾਂ, ਅਤੇ ਜੋ ਜੋ ਪ੍ਰੈਕਟਿਸ ਦੇ ਇਹਨੂੰ ਜ਼ਰੂਰਤ ਆ, ਜਿਸ ਚੀਜ਼ ਦੀਆਂ ਮੈਂ ਉੱਥੇ ਵਿਜੇ ਹਜ਼ਾਰੇ ਟਰੋਫੀ ਦੇਖ ਕੇ ਆਇਆ, ਅਤੇ ਉਹਦੇ ਤੋਂ ਕਾਫੀ ਕੁਛ ਲਰਨ ਕਰਕੇ ਆਏ ਹਾਂ, ਅਤੇ ਉਹ ਅਸੀਂ ਆਪਣੀ ਤਿਆਰੀ ਕਰਾਂਗੇ। ਬਿਲਕੁਲ, ਅਤੇ ਅਸੀਂ ਵੀ ਇਹ ਆਸ ਕਰਦੇ ਹਾਂ ਕਿ ਤੁਸੀਂ ਇਹਨਾਂ ਨੂੰ ਬਿਹਤਰੀਨ ਤਿਆਰੀ ਕਰਾਓ, ਅਤੇ ਸ਼ੁਭਮਨ ਜਿਹੜਾ ਹੈਗਾ IPL ਦੇ ਵਿੱਚ ਵੀ ਬਹੁਤ ਵਧੀਆ ਪਰਫਾਰਮ ਕਰੇ। ਕੈਮਰਾਮੈਨ ਬਲਜਿੰਦਰ ਦੇ ਨਾਲ ਗਗਨਦੀਪ ਸਿੰਘ, ਇੰਡੀਆ ਨਿਊਜ਼ ਪੰਜਾਬ, ਮੋਹਾਲੀ।